ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਨੇ ਮਹਾਨ ਬਖਸ਼ਿਸ਼ ਕੀਤੀ ਹੈ, ਜੋ ਸਤ ਸੰਗਤ ਦੀਆਂ ਅਮੋਲਕ ਘੜੀਆਂ ਬਖਸ਼ ਰਹੇ ਹਨ। ਜਿਸ ਘੜੀ ਲਈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਇੱਕ ਪੰਨੇ ਵਿੱਚ ਬਚਨ ਹੈ ਕਿ ਜ਼ਿੰਦਗੀ 'ਚ ਦੋ ਚੀਜ਼ਾਂ ਕਦੇ ਵੀ ਸਾਡੇ ਤੋਂ ਵੱਖ ਨਾ ਹੋਣ, ਇੱਕ ਵਾਹਿਗੁਰੂ ਦਾ ਨਾਮ ਅਤੇ ਦੂਸਰੀ ਸਤ ਸੰਗਤ। ਇਹ ਦੋ ਚੀਜ਼ਾਂ ਨੇ ਜਿਨ੍ਹਾਂ ਦੇ ਸਹਾਰੇ ਅਸੀਂ ਅਕਾਲ ਪੁਰਖ ਦੇ ਘਰ ਤੱਕ ਪਹੁੰਚ ਸਕਦੇ ਹਾਂ। ਅੱਜ ਗਰੀਬ ਅਨੁਵਾਦ ਪਿਤਾ ਨੇ ਲੜੀ ਬਾਰ ਚੋ ਵਿਚਾਰ ਚੱਲ ਰਹੀ, ਉਹਦੇ ਵਿੱਚ ਬਚਨ ਕਰ ਰਹੇ ਹਨ। ਕਹਿੰਦੇ ਆ, ਸਾਰਾ ਕੁਝ ਜੋ ਕੁਝ ਆਪਾਂ ਵੇਖ ਰਹੇ ਵਰਤ ਰਹੇ ਹਾਂ, ਇਹਦੇ ਪਿੱਛੇ ਨਿਰੰਕਾਰ ਆਪ ਹੀ ਕਰਕਰਾ ਰਿਹਾ ਹੈ। ਜਿੰਨੀਆਂ ਦਾਤਾਂ ਹਨ, ਸਰੀਰ ਆਪਣਾ ਹੈ, ਬਾਗ ਪਰਿਵਾਰ ਜੋ ਸਾਡੇ ਕੋਲ ਹੈ, ਕਾਰੋਬਾਰ ਹੈ, ਇੱਜ਼ਤ ਮਾਣ ਹੈ, ਨੈਣ ਪਰੈਣ ਜ਼ਮੀਨ ਜਾਇਦਾਦ, ਸਭੋ ਕੁਛ ਕਹਿੰਦੇ ਇਹ ਪਰਮਾਤਮਾ ਦਾ ਦਿੱਤਾ ਹੋਇਆ। ਜੇ ਇਨਸਾਨ ਨੂੰ ਇਹ ਚੇਤਾ ਰਹੇ ਕਿ ਪਰਮਾਤਮਾ ਪਿੱਛੇ ਦੇਵਨ ਖਾਰ ਹੈ, ਤਾਂ ਇਹ ਜ਼ਿੰਦਗੀ ਅੰਦਰ ਸ਼ੁਕਰ ਕਰੇਗਾ। ਅਤੇ ਜੇ ਭੁੱਲ ਜਾਵੇ ਕਿ ਪਰਮਾਤਮਾ ਨੇ ਮੈਂ ਮਿਹਨਤ ਮੁਸ਼ਕਤ ਨਾਲ ਬਣਾਇਆ, ਫਿਰ ਇਹਦੇ ਪੱਲੇ ਫਿਕਰਾਂ ਦੀ ਪੰਡ ਹੈ। ਅੱਜ ਸਤਿਗੁਰੂ ਕਹਿੰਦੇ ਬੰਦਾ ਐਵੇਂ ਮਾਣ ਕਰਦਾ, ਕੀਤਾ ਕਹਾਂ ਕਰੇ ਮਨਮਾਨ, ਦੇਵਨ ਖਾਰੇ ਕਹਿ ਖੱਚ ਦਾਨ, ਇਹ ਤਾਂ ਸਾਨੂੰ ਸਾਰਾ ਕੁਝ ਦਾਨ ਮਿਲਦਾ ਹੋਇਆ ਹੈ, ਇਹ ਆਪਾਂ ਕੋਈ ਕੀਮਤ ਤਾਰ ਕੇ ਅੱਖਾਂ ਨਹੀਂ ਲਈਆਂ, ਕੋਈ ਮੁੱਲ ਨਹੀਂ ਤਾਰੇ ਵੀ ਸਾਡੇ ਇਹ ਹੱਥ ਪੈਰ ਕੰਮ ਕਰ ਰਹੇ ਹਨ, ਅਸੀਂ ਇਹਦੇ ਲਈ ਕੋਈ ਮੁਸ਼ਕਤਾਂ ਨਹੀਂ ਕਰ ਲਈਆਂ। ਵੀ ਸਾਡੀ ਜ਼ੁਬਾਨ ਚੱਲ ਰਹੀ ਹੈ, ਦਿਮਾਗ ਕੰਮ ਕਰ ਰਿਹਾ ਹੈ, ਇਹ ਸਾਰਾ ਕੁਝ ਪਰਮਾਤਮਾ ਨੇ ਤਰੁੱਟ ਕੇ ਦਾਨ ਵਿੱਚੋਂ ਹੀ ਦਿੱਤਾ ਹੋਇਆ। ਫਿਰ ਇਹ ਨੇ ਇਹਦੇ ਨਾਲ ਵਰਤਣ ਵਾਲੀਆਂ ਚੀਜ਼ਾਂ, ਪੰਚਮ ਪਿਤਾ ਦਾ ਬਚਨ ਹੈ। ਸਾਹਿਬ ਕਹਿੰਦੇ, ਰਮਈਆ ਕੇ ਉਨਚੇਤ ਪੁਰਾਣੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾ ਨੇ, ਵੇਖ ਤੇਰੀ ਪੈਦਾਸ਼ ਕਿਵੇਂ ਕੀਤੀ ਪਰਮਾਤਮਾ ਨੇ, ਜਿਨ ਤੋਂ ਸਾਧ ਸਵਾਰ ਸ਼ਿੰਗਾਰ ਦਾ ਦਰਬ ਅਗਨ ਹੈ, ਜਿਹਨੇ ਉਭਾਰਿਆ ਉਹਦੀ ਰਚਨਾ ਦਾ ਢੰਗ ਹੈ, ਕੋਈ ਕਿਸੇ ਤਰ੍ਹਾਂ ਦੀ ਅੱਗ ਦੇ ਵਿੱਚ ਬੰਦੇ ਨੂੰ ਰੱਖਿਆ ਜਾਵੇ ਸਾੜ ਦੇਗੀ, ਪਰ ਇੱਕ ਅੱਗ ਨੂੰ ਕਿਵੇਂ ਉਸਨੇ ਮਾਤਾ ਦੇ ਉਦਰ ਅੰਦਰ ਟਿਕਾਇਆ, ਉਹਦੇ ਵਿੱਚ ਬੱਚੇ ਦੀ ਘਾੜਤ ਕੱਢ ਕੇ ਉਸਨੂੰ ਤੱਤੀ ਵਾਰ ਕੇ ਲੱਗਣ ਦਿੱਤੇ, ਸਗੋਂ ਦੀ ਘਾੜਤ ਕੱਢ ਦਿੱਤੀ ਹੈ। ਬਾਲ ਵਿਵਸਥਾ ਤੁਝੇ ਪਿਆਰ ਤੇ ਦੂਧ, ਬੱਚੇ ਦਾ ਜਨਮ ਜਦੋਂ ਹੋਇਆ ਉਹਨੇ ਮਾਂ ਦੇ ਲਹੂ ਦਾ ਦੁੱਧ ਬਣਾਇਆ, ਬੰਦੇ ਨੇ ਪਰਮਾਤਮਾ ਨੇ ਬਣਾਇਆ, ਉਹ ਸ਼ਰੇਆਮ ਦਿਖਾ ਰਿਹਾ, ਆਹ ਵੇਖੋ ਮੈਨੂੰ ਕਿਤਨਾ ਫਿਕਰ ਹੈ ਤੇਰਾ, ਮੈਂ ਲਹੂ ਦਾ ਦੁੱਧ ਬਣਾ ਦਿੱਤਾ ਏ, ਬੱਚੇ ਨੇ ਜਨਮ ਲਿਆ ਏ, ਤਾਂ ਕਿ ਉਹਦੀ ਰੋਜ਼ੀ ਕਹਿ ਖੁਰਾਕ ਤੇ ਉਹਦੀ। ਬਾਲ ਵਿਵਸਥਾ ਤੁਝੇ ਪਿਆਰੇ, ਦੁੱਧ ਪਰ ਜੋਬਨ ਭੋਜਨ ਸੁਖ ਸੋਲ, ਜਵਾਨੀ ਆਏ, ਕਿੰਨੇ ਪ੍ਰਕਾਰ ਦੇ ਭੋਜਨ ਉਸਨੇ ਸਾਡੇ ਲਈ ਬਣਾ ਕੇ ਰੱਖੇ ਤਾਂ ਕਿ ਅਸੀਂ ਛੱਕ ਸਕੀਏ। ਬਿਰਧ ਪਿਆ ਉੱਪਰ ਸਾਖ ਸਹਿਣ, ਮੁੱਖ ਅਪਿਆਓ ਬੈਠ ਕੋ ਦੇਣ, ਬੁਢਾਪੇ ਵੱਲ ਗਏ ਭੈਣ ਭਰਾ ਬੱਚੇ, ਉਹ ਨਾਲ ਖਲੋਤੇ ਕਰਨ, ਇਹ ਕਿੰਨੇ ਸਾਡੇ ਨਾਲ ਖੜੇ ਕੀਤੇ ਨੇ ਸੰਭਾਲ ਲਏ। ਪਿਆਰੇ, ਮੁੱਖ ਅਪਿਆਓ ਬੈਠ ਕੋ ਦੈਣ, ਮੂੰਹ ਵਿੱਚ ਉਹ ਭੋਜਨ ਪਾ ਰਹੇ ਨੇ, ਸਬਾਬ ਬਣਾ ਰਹੇ ਹਨ, ਇਹ ਨਿਰਗੁਣ ਗੁਣ ਕਛੂ ਨਾ ਬੁੱਝੈ, ਬਖਸ਼ ਲਿਓ ਤੋਂ ਨਾਨਕ ਸੀਜੈ। ਬੜਾ ਸਿੰਪਲ ਸੁਧਾਰਨ ਜਿਹਾ ਤਰੀਕਾ ਸਤਿਗੁਰੂ ਦੱਸਦੇ ਨੇ, ਬੰਦੇ ਤੂੰ ਮਾਣ ਛੱਡ, ਹਰ ਦਾਤ ਦੇ ਪਿੱਛੇ ਦਾਤਾ ਖਲੋਤਾ ਏ, ਉਹਨੇ ਦਿੱਤੀ ਆ, ਉਹਦੀ ਮਰਜ਼ੀ ਜਦੋਂ ਚਾਹੇ ਉਹ ਵਾਪਸ ਵੀ ਲੈ ਸਕਦਾ ਹੈ, ਤੇਰਾ ਕੋਈ ਹੱਕ ਨਹੀਂ ਤੂੰ ਰੋਕ ਸਕੇ। ਅੱਜ ਤੱਕ ਕੋਈ ਰੱਬ ਨੂੰ ਨਹੀਂ ਰੋਕ ਸਕਿਆ, ਪਰ ਹੇ ਰੱਬ, ਜੇ ਕਦੇ ਕਿਸੇ ਦਾ ਜੀ ਚਾਹੁੰਦਾ
ਤੇ ਮੇਰੇ ਸਰੀਰ ਨੂੰ ਕੁਝ ਖੋ ਜਾਵੇ, ਪਰ ਖੋ ਜਾਂਦਾ ਹੈ ਨਾ ਬਦੋ ਬਦੇ, ਪਰਿਵਾਰ ਦੇ ਮੈਂਬਰ ਚਲੇ ਜਾਂਦੇ ਕਰਨ, ਆਇਆ ਪੈਸਾ ਵਾਪਸ ਚਲਾ ਜਾਂਦਾ, ਬੜੀ ਕੋਈ ਇੱਜ਼ਤ ਚਲੀ ਜਾਂਦੀ ਹੈ, ਕਿਉਂਕਿ ਉਹ ਦੇਵਨ ਵਾਲਾ ਕੋਈ ਹੋਰ ਏ, ਉਹ ਦੇ ਵੀ ਸਕਦਾ ਲੈ ਵੀ ਸਕਦਾ, ਗਾਵੈ ਕੋ ਜੀ ਲੈ ਫਿਰ ਦੇ, ਦਿੰਦਾ ਵੀ ਉਹ ਏ ਲੈਂਦਾ ਵੀ ਉਹ ਏ। ਸਹਿਬ ਕਹਿੰਦੇ ਜੇ ਮਾਣ ਛੱਡੀਏ ਉਹ ਨਜ਼ਰ ਆਵੇ ਤੇ ਜ਼ਿੰਦਗੀ ਸੁੱਖਾਂ ਤੇ ਸ਼ੁਕਰਾਂ ਨਾਲ ਭਰ ਦੇ, ਉਹਦਾ ਪੱਲਾ ਛੱਡੀਏ ਤੇ ਜੇ ਚੀਜ਼ਾਂ ਦਾ ਮਾਣ ਕਰੀਏ ਤੇ ਇਹ ਮਾਣ ਹੀ ਸਾਡੇ ਦੁੱਖਾਂ ਦਾ ਕਾਰਨ ਬਣਦਾ। ਮਹਾਰਾਜ ਨੇ ਅੱਜ ਕਿਰਪਾ ਕਰਕੇ ਸਾਨੂੰ ਕਿਹਾ ਜੇ ਮਾਣ ਕਰਨਾ ਹੈ ਤੇ ਰੱਬ ਤੇ ਕਰੋ, ਸਤਿਗੁਰੂ ਤੇ ਕਰੋ, ਮਾਣ ਕਰੋ ਤੇ ਸੰਗਤ ਤੇ ਕਰੋ। ਮਾਣ ਕਰਨ ਵਾਲੀ ਚੀਜ਼ ਗੁਰੂ ਕਾ ਸ਼ਬਦ ਹੈ। ਸਾਡੇ ਕੋਲ ਇਹੋ ਜਿਹਾ ਪਿਆਰਾ ਸਤਿਗੁਰੂ ਹੈ, ਕਿਤਨਾ ਮਾਣ ਹੋਏਗਾ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਫਿਰੰਦੇ ਜੀ ਕੋਲੋਂ ਰਬਾਬ ਤਿਆਰ ਕਰਵਾ ਲਈ, ਭਾਈ ਅਮਰਦਾਸਾ ਜੀ ਨੂੰ ਭੇਜਿਆ। ਉਹ ਕੌਣ ਸੀ ਭਾਈ ਫਿਰੰਦਾ ਫਕੀਰ, ਕਿਵੇਂ ਉਹ ਲੰਬੀ ਚੌੜੀ ਸਾਖੇ। ਖੈਰ ਜਦੋਂ ਉਹ ਰਬਾਬ ਆਈਏ ਉਹਦੀ ਕੀਮਤ ਦੇਣਾ ਚਾਹੁੰਦੇ ਨੇ, ਕੀਮਤ ਉਹ ਲੈਂਦਾ ਨੇ। ਭਾਈ ਮਰਦਾਨਾ ਜੀ ਕਹਿੰਦੇ ਸਤਿਗੁਰੂ ਦਾ ਹੁਕਮ ਹੈ, ਭੈ ਨਾਨਕੀ ਤੋਂ ਪੈਸੇ ਲੈ ਤੇਰੇ ਵਾਸਤੇ ਭੇਜੇ ਕਰਨ। ਉਹਦੀ ਉਹ ਕਹਿਣ ਲੱਗਾ ਇਹ ਤਾਂ ਉਹਨਾਂ ਦੀ ਮੌਤ, ਪਰ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਵਾਂ। ਉਹਦੇ ਅੰਦਰ ਨੂੰ ਦੇਖਣਾ ਪਿਆਰ, ਜਿੰਨਾ ਵੱਧ ਸਤਿਗੁਰੂ ਤੇ ਮਾਣ ਮਹਿਸੂਸ ਕਰਾਂਗੇ, ਉਹਨਾਂ ਸਾਡੀ ਅੰਦਰ ਸੁਰਤੀ ਬਿਰਤੀ ਵਾਹਿਗੁਰੂ ਦੇ ਪਿਆਰਾਂ ਨਾਲ ਭਰੇਗੀ। ਪਿਆਰਿਓ ਸ਼ੁਕਰ ਵੀ ਨਿਕਲਣਗੇ, ਰੱਜੇ ਰਹਾਂਗੇ, ਕਿਸੇ ਚੀਜ਼ ਦੀ ਥੋੜ ਨਹੀਂ ਰਹਿੰਦੀ, ਉਹਦੇ ਤੇ ਮਾਣ ਕਰਨਾ। ਭਾਈ ਫਿਰੰਦਾ ਜੀ ਕਹਿੰਦੇ ਮਰਦਾਨਾ ਜੀਓ ਰਬਾਬ ਲੈ ਜਾਓ, ਮੇਰੀ ਇੱਕੋ ਸ਼ਰਤ ਕਹਿ, ਚਾਹੇ ਬੇਨਤੀ ਕਹਿ ਲਓ, ਸ਼ਰਤ ਕਹਿ ਲਓ, ਵੀ ਜਿਹੜੀ ਰਬਾਬ ਧੰਨ ਗੁਰੂ ਨਾਨਕ ਸਾਹਿਬ ਦੇ ਦਰਬਾਰ ਚ ਵੱਜਣੀ ਹੈ ਨਾ, ਇਹਨੂੰ ਮੁੜ ਕੇ ਕਿਸੇ ਬੰਦੇ ਦੇ ਦਰਬਾਰ ਚ ਨਾ ਵਜਾਏ। ਕਾਰਨ ਕਹਿੰਦੇ ਰਬਾਬ ਸਤਿਗੁਰੂ ਕੇ ਦਰਬਾਰ ਚ ਵੱਜੇਗੇ, ਇਹਦੇ ਨਾਲ ਮੇਰੀ ਜਿੰਦ ਦੀ ਵੀ ਹਾਜ਼ਰੀ ਉਹਦੇ ਦਰਬਾਰ ਚ ਲੱਗੇਗੀ। ਇਹ ਕਿਹਾ ਸੀ ਬਿਲਕੁਲ ਭਾਈ ਨੰਦ ਲਾਲ ਸਾਹਿਬ ਨੇ ਨਾ ਪੌਂਟਾ ਸਾਹਿਬ। ਇੱਕ ਦਿਨ ਨਾ ਹਵਾ ਬਹੁਤ ਤੇਜ਼ ਚੱਲ ਰਹੀ ਸੀ ਤੇ ਚੱਲਦਿਆਂ ਮਿੱਟੀ ਵੀ ਉੱਡ ਰਹੀ, ਤੇ ਭਾਈ ਸਾਹਿਬ ਦੇ ਅੰਦਰ ਪਿਆਰ ਸੀ, ਉਹਨਾਂ ਦੇ ਅੰਦਰੋਂ ਨਾ ਦਿਲ ਚੋਂ ਵਾਹਿਗੁਰੂ ਦੇ ਪਿਆਰਾਂ ਦੀਆਂ ਤਰੰਗਾਂ ਉੱਠਦੀਆਂ ਰਹਿੰਦੀਆਂ ਸਨ। ਪ੍ਰੇਮ ਤਰੰਗਾਂ ਵਲਵਲੇ ਉੱਠਣੇ, ਹਰ ਵਲਵਲਾ ਜਿਹੜਾ ਸੀ ਉਹਦੇ ਵਿੱਚ ਵਾਹਿਗੁਰੂ ਦਾ ਸਤਿਗੁਰੂ ਦਾ ਪਿਆਰ ਛਿਪਿਆ ਹੋਇਆ ਕਰਦਾ ਸੀ। ਉਹਦੇ ਨੀ ਕਿਤੇ ਖਿਆਲ ਉੱਠੀ ਜਾਣੇ ਬੇਲੋੜੇ, ਉਹ ਖਿਆਲ ਤਰੰਗਾਂ ਸਨ, ਉਹ ਤਰੰਗਾਂ ਸਤਿਗੁਰੂ ਜੀ ਦੇ ਨੇੜੇ ਕਰਦੀਆਂ ਸਨ, ਉਹਨਾਂ ਦੇ ਪਿਆਰ ਚੋਂ ਨਿਕਲਦੀਆਂ। ਇੱਕ ਦਿਨ ਉਹ ਜਦੋਂ ਹਵਾ ਨਾਲ ਮਿੱਟੀ ਉੱਡੇ, ਹਵਾ ਨਾਲ ਗੱਲਾਂ ਕਰਨ ਲੱਗ ਪਏ, ਕਹਿਣ ਲੱਗੇ ਐ ਹਵਾ ਮੈਨੂੰ ਪਤਾ ਹੈ ਤੂੰ ਕਿਸੇ ਦੇ ਹੁਕਮ ਵਿੱਚ ਲਗਾਤਾਰ ਵੱਧਦੀ ਹੈ, ਪਰ ਜਦੋਂ ਮੈਂ ਮਿੱਟੀ ਉੱਡੀ ਵੇਖੀ ਤੇ ਮੇਰਾ ਅੰਦਰ ਕੰਬ ਗਿਆ ਹੈ। ਕਹਿਣ ਲੱਗੇ ਮੇਰੀ ਇੱਕ ਜੋਦੜੀ ਹੈ, ਆ ਜਦੋਂ ਮੇਰੇ ਸਰੀਰ ਮਿੱਟੀ ਨੇ ਇੱਕ ਦਿਨ ਆਤਮਾ ਨੇ ਵੱਖ ਹੋਣਾ ਹੀ ਹੈ, ਇਹਦਾ ਸੰਸਕਾਰ ਹੋਏਗਾ, ਮੈਂ ਚਾਹੁੰਦਾ ਇਹਦੇ ਸੰਸਕਾਰ ਤੋਂ ਬਾਅਦ ਇਹਦੀ ਸਵਾਹ ਇਹਦੀ ਮਿੱਟੀ ਨੂੰ ਉਡਾਵੀ ਨਾ। ਹਵਾ ਕਹਿਣ ਲੱਗੀ ਅਜੀਬ ਕਿਸਮ ਦਾ ਆਦਮੀ ਹੈ, ਮੇਰੇ ਅੰਦਰ ਕੋਈ ਵਿਤਕਰਾ ਨਹੀਂ, ਕਿਸੇ ਦੀ ਮਿੱਟੀ ਉਡਾਵਾਂ ਕਿਸੇ ਦੀ ਨਾ ਉਡਾਵਾਂ, ਮੇਰਾ ਤੇ ਸੁਭਾਅ ਏ ਸਾਹਮਣੇ ਜੋ ਕੁਛ ਆਇਆ ਜੀਵਨ ਦੇਣਾ, ਧੂੜੇ ਤੈਨੂੰ ਉੱਡਣਾ ਹੀ ਉੱਡਣਾ, ਕਿਸੇ ਰਾਜੇ ਦੀ ਹੋਏ ਚ ਪਰਜਾ ਦੀ, ਫਕੀਰ ਦੇ ਤਨ ਦੀ ਮਿੱਟੀ ਹੋਏ ਚਾਹੇ ਆਮ ਨਾਸਤਕ ਦੀ, ਮੈਂ ਤੇ ਕੁਝ ਵਿਖਾਰ ਕਰ ਦੇ। ਭਾਈ ਸਾਹਿਬ ਰੋਕ ਕੇ ਕਹਿਣ ਲੱਗੇ ਨਹੀਂ, ਗੁਰੂ ਦਰੋ ਨਾ ਚੁੱਕ ਲਜਾਈ ਮੇਰੀ ਖਾਕ ਹਵਾਏ, ਐ ਹਵਾ ਤੂੰ ਮੇਰੀ ਖਾਕ ਮਿੱਟੀ ਨੂੰ ਨਾ ਚੁੱਕੀ। ਪੁੱਛਿਆ ਕਿਉਂ, ਕਹਿਣ ਲੱਗੇ ਸਾਰੀ ਜ਼ਿੰਦਗੀ ਇਸ ਮਿੱਟੀ ਨੇ ਸਤਿਗੁਰੂ ਜੀ ਦੇ ਚਰਨਾਂ 'ਚ ਬਤੀਤ ਕੀਤੇ, ਜੋ ਸਾਹਿਬ ਦੇ ਘਰ ਵਿੱਚੋਂ ਆਨੰਦ ਤੇ ਬਖਸ਼ਾਂ ਮਿਲੀਆਂ ਨੇ, ਮੈਂ ਚਾਹੁੰਦਾ ਮੇਰੇ ਤਨ ਦੀ ਮਿੱਟੀ ਵੀ ਇਹਦੇ ਦਰ ਤੇ ਹੀ ਸਮਾ ਜਾਵੇ, ਇਹਨੂੰ ਛੱਡ ਕੇ ਕਿਸੇ ਦੇ ਹੋਰ ਦੇ ਦਰ ਤੇ ਨਾ ਚੁੱਕੇ।
ਲੋਕੀ ਕਹਿਣਗੇ ਇੱਕ ਸਮਾਂ ਆਨੰਦ ਲਾਲ ਤੇ ਮਿੱਟੀ ਦਾ ਕਿਸੇ ਖੋਰ ਦੇ ਸਾਹਮਣੇ ਝੋਕੀ ਗਈ ਨਾ। ਵਲਵਲਾ ਇਹਨਾਂ ਇੱਕ ਸਾਨੂੰ ਕਹਿ ਰਹੇ ਨੇ ਜੇ ਮਾਣ ਕਰਨਾ ਤੇ ਰਹਿਣਾ, ਸੁਰਤ ਨੂੰ ਸਤਿਗੁਰੂ ਦੇ ਚਰਨਾਂ ਵਿੱਚ ਰੱਖਣ ਦਾ ਮਾਣ ਕਰੀਏ ਵੀ ਉਹ ਰੱਖ ਰਿਹਾ ਉਹਦੇ ਨੇੜੇ ਰਹਿਣਾ। ਉਹਨਾਂ ਦੇ ਬਚਨ ਸਨ, ਗੁਰੂ ਦਰੋਂ ਨਾ ਚੁੱਕ ਲਜਾਈ ਮੇਰੀ ਖਾਕ ਖਵਾਏ, ਨਹੀਂ ਤਾਂ ਲੋਕੀ ਦੇਣਗੇ ਤਾਨੇ ਥਾਂ ਥਾਂ ਨਿਉ ਲਗਾਏ, ਥਾਂ ਥਾਂ ਤੇ ਨਿਉ ਲਾਇਆ ਹੋਇਆ ਏ। ਸਹਿਬ ਕਹਿੰਦੇ ਜੇ ਆਪਣੇ ਤੇ ਜਾਣ ਆਪਣੇ ਨਾਲ ਸੰਬੰਧਿਤ ਚੀਜ਼ਾਂ ਤੇ ਮਾਣ ਕਰੀਏ ਰੱਬ ਨਾਰਾਜ਼, ਜੇ ਵਾਹਿਗੁਰੂ ਦੇਣ ਵਾਲੇ ਤੇ ਮਾਣ ਕਰੀਏ ਤੇ ਉਹਦੀ ਰਹਿਮਤ ਮਿਲਦੀ ਮਿਲਦੀ ਕਹਿ। ਸਤਿਗੁਰੂ ਜੀ ਦੇ ਪਿਆਰਿਆਂ ਦੇ ਜੀਵਨ ਪੜ੍ਹ ਕੇ ਹੈਰਾਨ ਹੋਈਦਾ ਹੈ। ਵਿਚਾਰ ਚੱਲੇ ਕੈਂਚਲ ਨਾਲ ਜਿਹੜਾ ਰਾਜ ਭਾਗ ਸੀ ਉਦੋਂ ਰਾਜਾ ਸੀ ਭਾਈ ਉਦੈ ਸਿੰਘ, ਕਿਉਂਕਿ ਇਹਨਾਂ ਦੇ ਵੱਡੇ ਵਡੇਰੇ ਸਨ ਭਾਈ ਆਦਮ ਜੀ, ਜਿਨ੍ਹਾਂ ਨੇ ਗੁਰੂ ਰਾਮਦਾਸ ਪਿਤਾ ਦੇ ਵੇਲੇ ਸੰਗਤ ਦੀ ਸੇਵਾ ਕੀਤੀ। ਸਤਿਗੁਰੂ ਬਹੁਤ ਖੁਸ਼ ਹੋਏ, ਕਹਿਣ ਲੱਗੇ ਮੰਗ ਲਓ ਕੁਛ ਮੰਗਣਾ ਹੈ, ਤੇ ਕਹਿਣ ਲੱਗੇ ਉਮਰ ਵਡੇਰੀ ਪਰ ਪੁੱਤਰ ਦੀ ਭਾਵਨਾ ਕਹਿ। ਸਾਹਿਬ ਕਹਿੰਦੇ ਸਤਿਗੁਰੂ ਦੇ ਘਰ ਘਾਟ ਨੂੰ ਪੁੱਤਰ ਮਿਲੇਗਾ, ਪੁੱਤਰ ਦਾ ਨਾਂ ਰੱਖਣਾ ਭਾਈ ਭਗਤੂ, ਦਾਤ ਮਿਲੇ। ਭਾਈ ਭਗਤੂ ਕੇਵਲ ਤੁਹਾਡਾ ਹੀ ਪਰਿਵਾਰ ਦਾ ਭਲਾ ਨਹੀਂ ਕਰੇਗਾ, ਉਹ ਹਜ਼ਾਰਾਂ ਲੱਖਾਂ ਲੋਕਾਂ ਦਾ ਭਲਾ ਉਹਦੇ ਰਾਹੀਂ ਹੋਵੇਗਾ। ਵਰ ਮਿਲਿਆ, ਭਾਈ ਭਗਤੂ ਦਾ ਜਨਮ ਹੋਇਆ, ਉਹਦੀ ਸੰਤਾਨ ਸੀ ਅੱਗੋਂ ਸਾਧ ਸੰਗਤ ਮਹਾਰਾਜ ਜੀ ਨੇ ਜੋ ਅੱਗੋਂ ਆਉਣ ਵਾਲੇ ਸਮੇਂ 'ਚ ਰਾਜ ਭਾਗ ਬਖਸ਼ੇ। ਅਤੇ ਜਦੋਂ ਨਾ ਰਾਜਾ ਉਦੈ ਸਿੰਘ ਕੈਂਚਲ ਦਾ ਜਦੋਂ ਰਾਜਾ ਬਣਿਆ, ਇਹਦੇ ਅੰਦਰ ਬਹੁਤ ਮਹਾਰਾਜ ਜੀ ਲਈ ਪਿਆਰ ਸੀ। ਇਹੀ ਸਾਂਝੇ ਉਦੈ ਸਿੰਘ ਰਾਜਾ ਜਿਹਨੇ ਗੁਰੂ ਕਾ ਇਤਿਹਾਸ ਲਿਖਾਉਣ ਲਈ ਕਵੀ ਸੰਤੋਖ ਸਿੰਘ ਬੁਲਾ ਕੇ 10 ਗੁਰੂ ਸਾਹਿਬਾਨਾਂ ਦਾ ਇਤਿਹਾਸ ਲਿਖਵਾਇਆ, ਸਾਰਾ ਖਰਚਾ ਦਿੱਤਾ, ਜਗੀਰਾਂ ਦਿੱਤੀਆਂ। ਉਹਨਾਂ ਬਾਰੇ ਬੇਨਤੀ ਕਰ ਰਿਹਾ ਸਾਂ ਕਿਹੜੀਆਂ ਚੀਜ਼ਾਂ ਦਾ ਦੁਨੀਆ ਮਾਣ ਕਰਦੇ ਪਰ ਪਿਆਰ ਵਾਲਿਆਂ ਦੀ ਵੱਖਰੇ ਰਾਹ। ਉਹ ਕਹਿੰਦੇ ਨੇ ਜਦੋਂ ਉਹਨੂੰ ਕਿਸੇ ਨੇ ਕਹਿਣਾ ਰਾਜਾ ਉਦੈ ਸਿੰਘ ਤਾਂ ਉਹਦਾ ਅੰਦਰ ਨਾਰਾਜ਼ ਹੋਣਾ। ਉਹਨੇ ਕਿਹਾ ਸੀ ਪਰਜਾ ਨੂੰ, ਮੈਨੂੰ ਭਾਈ ਉਦੈ ਸਿੰਘ ਕਹਿ ਕੇ ਬੁਲਾਇਆ ਕਰੋ। ਉਹਨਾਂ ਕਿਹਾ ਵੀ ਰਾਜਿਆਂ ਨੂੰ ਵੀ ਕਦੇ ਭਾਈ ਕਹੀਦਾ, ਭਾਈ ਭਰਾ ਤੁਸੀਂ ਵੱਡੇ ਹੋ, ਭਾਈ ਕਿਉਂ? ਜੇ ਕੋਈ ਭਾਈ ਨਾ ਕਹਿੰਦਾ ਭਾਈ ਉਦੈ ਸਿੰਘ ਉਹਦਾ ਕੰਮ ਹੀ ਨਾ ਕਰਨਾ। ਪੁੱਛਣਾ ਇੰਨਾ ਕਿਉਂ ਭਾਈ ਸ਼ਬਦ ਨੂੰ ਪਿਆਰ ਕਰਦੇ ਹੋ? ਕਹਿਣ ਲੱਗੇ ਭਾਈ ਸ਼ਬਦ ਗੁਰੂ ਰਾਮਦਾਸ ਪਿਤਾ ਨੇ ਮੇਰੇ ਵੱਡਿਆਂ ਨੂੰ ਬਖਸ਼ਿਆ ਸੀ। ਭਾਈ ਭਗਤੋ ਜਦੋਂ ਕੋਈ ਭਾਈ ਕਹਿੰਦਾ ਹੈ ਤੇ ਗੁਰੂ ਰਾਮਦਾਸ ਪਿਤਾ ਦੀ ਹਾਜ਼ਰੀ ਖਜੂਰੀ ਮੇਰੇ ਕੋਲ ਖਲੋ ਜਾਂਦੀ, ਮੈਨੂੰ ਗੁਰੂ ਚੇਤਾ ਆਉਂਦਾ ਹੈ। ਕਿਹੜੀਆਂ ਚੀਜ਼ਾਂ ਤੇ ਉਹ ਮਾਣ ਕਰਦੇ ਸਨ ਪਿਆਰਿਓ? ਪੈਸੇ ਟਕੇ ਤੇ ਨਹੀਂ, ਸਰੀਰਾਂ ਤੇ ਨਹੀਂ, ਸਤਿਗੁਰੂ ਜੀ ਦੀ ਰਹਿਮਤ ਜਿੱਥੋਂ ਮਿਲੀ ਤੁਸੀਂ ਹੈਰਾਨ ਹੋਵੋਗੇ। ਬਾਬਾ ਪਟਿਆਲੇ ਦਾ ਰਾਜਾ, ਉਹਨਾਂ ਦੇ ਨਾਂ ਤੋਂ ਹੀ ਇਹ ਸ਼ਹਿਰ ਵਸਿਆ ਨਾ, ਬਾਬਾ ਆਲਾ ਸਿੰਘ ਜੀ ਅਬਦਾਲੀ। ਉਦੋਂ ਹਾਲਾਤ ਮਾੜੇ ਸਨ, ਇੱਕ ਇਹੋ ਜਿਹਾ ਸਮਾਂ ਬਣਿਆ ਬਾਬਾ ਆਲਾ ਸਿੰਘ ਅੰਦਰੋਂ ਕੌਮ ਦੀ ਸੇਵਾ ਕਰਦਾ ਸੀ ਤੇ ਬਾਹਰੋਂ ਇਹੋ ਜਿਹਾ ਦਿਖਾਵਾ ਕਰਨਾ ਕਿ ਅਬਦਾਲੀ ਵਰਗਿਆਂ ਨਾਲ ਮੇਰਾ ਕੋਈ ਵਿਰੋਧ ਨਹੀਂ, ਕੌਮ ਨੂੰ ਬਚਾਉਣ ਦੇ ਢੰਗ ਸਨ ਮੁਸੀਬਤ ਵੇਲੇ। ਬਾਬਾ ਆਲਾ ਸਿੰਘ ਦਾ ਅਬਦਾਲੀ ਨੂੰ ਪਤਾ ਲੱਗਾ, ਉਹਨੇ ਪਕੜ ਕੇ ਭਾਈ ਇਹ ਸਾਡੇ ਨਾਲ ਨਹੀਂ, ਇਹ ਸਿੱਖਾਂ ਦੇ ਨਾਲ ਹੈ, ਇਹਦੀਆਂ ਫੌਜਾਂ ਨੂੰ ਦੀ ਮਦਦ ਕੀਤੀ। ਸਜ਼ਾ ਦੇਣ ਲਈ ਬਾਬਾ ਆਲਾ ਸਿੰਘ ਜੀ ਨੂੰ ਅਬਦਾਲੀ ਕਹਿੰਦਾ ਇਹਨਾਂ ਨੂੰ ਸਜ਼ਾ ਇਹ ਦਈਏ ਵੀ ਇਹਨਾਂ ਦੇ ਕੇਸ ਕੱਟ ਦਿਓ, ਇਹਦੇ ਤੋਂ ਵੱਡੀ ਸਜ਼ਾ ਹੋਰ ਕੋਈ ਨਹੀਂ ਹੋ ਸਕਦੀ, ਇਹਨਾਂ ਦੇ ਕੇਸ ਕੱਟੇ ਜਾਣ। ਬਾਬਾ ਆਲਾ ਸਿੰਘ ਨੂੰ ਪਤਾ ਲੱਗਾ, ਉਹ ਪੇਸ਼ ਹੋਇਆ, ਕਹਿਣ ਲੱਗਾ ਦੇਖੋ ਬਾਦਸ਼ਾਹ ਅਬਦਾਲੀ, ਕਿਉਂ ਉਸ ਵਕਤ ਉਹਦੇ ਕੋਲ ਤਾਕਤ ਤੇ, ਕਹਿਣ ਲੱਗੇ ਦੇਖੋ ਤੁਸੀਂ ਇਹ ਜਿਹੜਾ ਜੁਰਮ ਕਰਨ ਲੱਗੇ ਹੋ ਨਾ, ਸਜ਼ਾ ਦੇਣ ਲੱਗੇ ਹੋ, ਇਹ ਸਜ਼ਾ ਨਾ ਦਿਓ, ਇਹ ਤਾਂ ਮੇਰੀ ਜ਼ਿੰਦਗੀ ਏ, ਇਹਦੇ ਨਾਲੋਂ ਮਰ ਜਾਣਾ ਚੰਗਾ ਏ, ਪਰ ਕੇਸ ਨਹੀਂ ਕਟਵਾ ਸਕਦੇ। ਆਖਣ ਲੱਗੇ ਉਹਦੀ ਕੀਮਤ ਦੇ ਦੇ, ਪੈਸੇ ਲਾਲਚੀ ਖਾਣ, ਕੀਮਤ ਕਹਿਣ ਲੱਗੇ ਜੋ ਕਹੋ,
ਉਸ ਜਮਾਨੇ ਦਾ 5 ਲੱਖ ਰੁਪਇਆ ਦਿੱਤਾ ਅਬਦਾਲੀ ਪਰਾ ਮੁੜਿਆ ਤੇ ਕੇਸ ਬਚਾ ਹੈ। ਅੱਜ ਦੇ ਕਈ ਕਰੋੜਾਂ ਅਰਬਾਂ ਬਣ ਜਾਣਗੇ ਪਿਆਰਿਓ। ਕੇਵਲ ਤੇ ਕੇਵਲ ਇੱਕ ਮਾਣ ਹੀ ਪਈ ਸਤਿਗੁਰੂ ਪਰਮੇਸ਼ਰ ਦੀ ਦਿੱਤੀ ਦਾਤ ਨੂੰ ਕਿਵੇਂ ਸੰਭਾਲ ਕੇ ਰੱਖਣਾ ਉਹ ਆਨੰਦ ਵਾਚ ਜਾਵੇ। ਇੱਕ ਵਾਰ ਕਰੋ ਰਸਨਾ ਪਵਿੱਤਰ ਸਾਰੀ ਸੰਗਤ ਮਿਲ ਕੇ ਆਖੋ ਜੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਮਹਾਰਾਜ ਕਹਿੰਦੇ ਆਪਣੇ ਸਤਿਗੁਰਾਂ ਤੇ ਪਰਮੇਸ਼ਰ ਤੇ ਮਾਣ ਕਰੀਏ ਦਾਤਾ, ਤੇਰੇ ਵਰਗਾ ਸਤਿਗੁਰੂ ਪਰਮੇਸ਼ਰ ਮਿਲਿਆ ਕਿ ਨਹੀਂ? ਸਾਡੇ ਵਰਗਿਆਂ ਦੀ ਬਾਂਹ ਪਕੜ ਲਈ, ਉਸ ਨੇ ਸਾਨੂੰ ਐਹੋ ਜਿਹੀ ਸਿੱਖੀ ਦਿੱਤੀ ਜਿਹੜੀ ਸਿੱਖੀ ਨੂੰ ਧਾਰਨ ਕਰਨ ਦੇ ਨਾਲ ਅਸੀਂ 84 ਲੱਖ ਜੂਨ ਤੋਂ ਬਾਅਦ ਹੋ ਸਕਦੇ ਹਾਂ। ਸਾਨੂੰ ਐਹੋ ਜਿਹਾ ਦਰਗਾਹ ਚੋਂ ਨਾਮ ਲਿਆ ਕੇ ਦਿੱਤਾ ਜਿਸ ਨਾਮ ਦੇ ਨਾਲ ਉਹਦਾ ਪੱਲਾ ਪਕੜ ਕੇ ਕਿਹੜਾ ਦੁੱਖ ਹੈ ਜਿਹੜਾ ਨਾ ਕੱਟਿਆ ਜਾਵੇ। ਉਹ ਨਾਮ ਲੈ ਕੇ ਦਰਗਾਹ ਤੂੰ ਸਾਡੇ ਲਿਆਂਦਾ ਜਿਹਦੇ ਨਾਲ ਦੁਨੀਆ ਦੀ ਕੋਈ ਇੱਛਾ ਹੋਵੇ ਚਾਹੇ ਪਰਲੋਕ ਦੀ ਕੋਈ ਇੱਛਾ ਹੋਵੇ ਉਹ ਸਾਰਾ ਕੁਛ ਸਾਨੂੰ ਮਿਲ ਸਕਦਾ। ਕਿੰਨੀ ਮਾਣ ਕਰਨ ਗੱਲ ਵਾਲੀ ਗੱਲ ਤੇਰੇ ਨਾਮ ਤੇ ਪੰਚਮ ਪਿਤਾ ਦਾ ਬਚਨ ਇਹ ਸਰ ਕਹਿੰਦੇ ਉਹ ਤੇ ਲੋਕੀ ਕਮਲੇ ਅਣਜਾਣ ਨੇ ਜਿਹੜੇ ਕੋਈ ਆਪਣੇ ਰੂਪ ਤੇ ਮਾਣ ਕਰ ਬੈਠਦੇ
ਵੀ ਮੇਰੇ ਨੈਣ ਪ੍ਰੈਣ ਕਿਤਨੇ ਸੋਹਣੇ ਉਹਦੀ ਪ੍ਰਦਰਸ਼ਨੀ ਕਰਦਾ। ਸਾਹਿਬ ਕਹਿੰਦੇ ਚੇਤਾ ਰੱਖਣਾ ਜੋ ਜਾਣਿਆ ਮੈਂ ਜੋ ਬਲਵੰਤ ਸੋ ਹੋਵਤ ਬਿਸਟਾ ਕਾ ਜੰਤ ਉਹ ਗੰਦਗੀ ਦਾ ਕੀੜਾ ਬਣੇਗਾ ਜਿਹੜਾ ਚਮੜੀ ਦਾ ਨੈਣ ਪ੍ਰੈਣ ਦਾ ਮਾਣ ਕਰੇ। ਕਹਿੰਦੇ ਆਪਸ ਕੋ ਕਰਮਵੰਤ ਕਹਾਵੇ ਦੋ ਚਾਰ ਚੰਗੇ ਕੰਮ ਕਰ ਲੈ। ਰੱਬ ਨੇ ਦਿੱਤੀ ਸੀ ਤਾਕਤ ਉਹਦੀ ਦਿੱਤੀ ਮਤ ਨਾਲ ਸ਼ੁਭ ਕਰਮ ਹੋ ਗਏ ਤੇ ਦੱਸਦਾ ਫਿਰਦਾ ਮੈਂ ਕੀਤੇ ਚੰਗੇ ਕਰਮ ਉਹ ਮਾਣ ਇਕੱਠਾ ਕਰੀ ਜਾ ਰਹੇ। ਸਾਹਿਬ ਕਹਿੰਦੇ ਚੇਤਾ ਰੱਖਣਾ ਕਰਮ ਕਰਨ ਤੋਂ ਬਾਅਦ ਜੇ ਮਾਣ ਕਰ ਲਿਆ ਮੈਂ ਕੀਤਾ ਚੰਗਾ ਤੇ ਉਸ ਦਾ ਫਲ ਚੰਗਾ ਨਹੀਂ ਜੇ ਮਿਲਣਾ। ਕੀ ਮਿਲਣਾ? ਆਪਸ ਕੋ ਜੋ ਭਲਾ ਕਹਾਵੇ ਉਹਦੇ ਕਿਸੇ ਭਲਾਈ ਨਿਟ ਨਾ ਆਵੇ, ਨੇੜੇ ਤੇੜੇ ਵੀ ਉਹਦੀ ਭਲਾਈ ਨਹੀਂ ਜੇ ਆਉਣੀ। ਸਾਧ ਸੰਗਤ ਇੱਕ ਰਕੀਮ ਹੈ ਕਵੇ ਹਿੰਦੁਸਤਾਨ ਅੰਦਰ ਹਿੰਦੂ ਧਰਮ ਨਾਲ ਸੰਬੰਧਿਤ ਬਹੁਤ ਪਿਆਰੇ ਉਹਦੇ ਕੁਝ ਬਚਨ ਨੇ। ਉਹ ਰਕੀਮ ਉਹਦੇ ਕੋਲ ਧਨ ਦੌਲਤ ਵੀ ਬਹੁਤ ਸੀ, ਉਹਨੇ ਨਾ ਦਾਨ ਬਹੁਤ ਕਰਿਆ ਕਰਨਾ, ਪਰ ਜਦੋਂ ਕਿਧਰੇ ਦਾਨ ਕਰਨਾ ਨਾ ਸਾਧ ਸੰਗਤ ਉਹਨੇ ਤੇ ਅੱਖਾਂ ਨੀਵੀਆਂ ਕਰ ਲੈਣੀਆਂ ਜਿਵੇਂ ਸ਼ਰਮ ਜੀ ਆ ਰਹੀ ਹੋਵੇ। ਲੋਕਾਂ ਬੜੇ ਹੈਰਾਨ ਹੋਣਾ ਦਾਨ ਕਰਨ ਵਾਲੇ ਤੇ ਚੌੜੀ ਛਾਤੀ ਕਰਕੇ ਆਖਦੇ ਨੇ ਅਗਲੇ ਦੀਆਂ ਅੱਖਾਂ ਨੀਵੀਆਂ ਹੋ ਜਾਂਦੀਆਂ ਨੇ ਜਿਹੜਾ ਵਿਚਾਰਾ ਮੰਗਣ ਆਇਆ, ਇਹਦੀਆਂ ਆਪਣੀਆਂ ਅੱਖਾਂ ਨੀਵੀਆਂ ਹੁੰਦੀਆਂ, ਕੀ ਕਾਰਨ? ਆਖਿਰਕਾਰ ਪੁੱਛਿਆ ਰਕੀਮ ਜੀ ਨਾਲੇ ਲੋਕਾਂ ਨੂੰ ਦਿੰਦੇ ਹੋ ਇੰਨਾ ਕੁਝ, ਨਾਲੇ ਅੱਖਾਂ ਨੀਵੀਆਂ ਕਰਦੇ ਹੋ, ਲੈਣ ਵਾਲੇ ਦੇ ਤੇ ਅੱਖਾਂ ਨੀਵੀਆਂ ਹੋਣ, ਦੇਣ ਵਾਲੇ ਦੀ ਅੱਖਾਂ ਨੀਵੀਆਂ ਕਿਉਂ? ਕਹਿਣ ਲੱਗੇ ਬੋਲਿਓ ਇਹੀ ਤਾਂ ਗੁਸਤਾਖੀ ਖੋ ਰੇਖਾ ਹੈ। ਕਹਿਣ ਲੱਗੇ ਦੇਣ ਵਾਲਾ ਪਰਮੇਸ਼ਰ ਹੈ, ਉਹਨੇ ਮੈਨੂੰ ਦਿੱਤਾ, ਮੈਨੂੰ ਇੰਨਾ ਕਹਿ ਦਿੱਤਾ ਵੀ ਇਹ ਆਏ ਜਿਹੜਾ ਉਹਨੂੰ ਮੇਰੇ ਦਿੱਤੇ ਚੋਂ ਦੇਈ ਚੱਲੇ। ਕਹਿੰਦੇ ਲੋਕ ਮੇਰੇ ਤੇ ਭਰਮ ਕਰਦੇ ਚਾਹੇ ਸ਼ਾਇਦ ਰਕੀਮ ਦੇ ਰਿਹਾ, ਮੈਨੂੰ ਸ਼ਰਮ ਆ ਜਾਂਦੀ ਏ, ਰੱਬ ਦੇ ਦਿੱਤੇ ਨੂੰ ਇਹ ਮੇਰੇ ਨਾਲ ਜੋੜਦੇ ਨੇ, ਮੇਰੀ ਅੱਖ ਨਹੀਂ ਉੱਚੀ ਹੁੰਦੇ। ਸਤ ਸੰਗਤ ਜਿਹਨਾਂ ਨੂੰ ਸੋਝੀ ਹੋਵੇ ਉਹ ਕਦੇ ਆਪਣੇ ਕਰਮਾਂ ਤੇ ਉਹਨੂੰ ਪਤਾ ਪਿੱਛੇ ਕੋਈ ਹੋਰ ਦੇ ਰਿਹਾ। ਬਾਬਾ ਸ਼ਾਮ ਸਿੰਘ ਜੀ ਸੀ ਨਾ ਆਟਾ ਮੰਡੀ ਵਾਲੇ, ਜਿਹਨਾਂ ਦੀ ਅਕਸਰ ਤੁਸੀਂ ਗੱਲ ਸੁਣਦੇ ਸੁਣਾਉਂਦੇ ਹੋ, ਭਈ ਉਹਨਾਂ ਹਰਿਮੰਦਰ ਸਾਹਿਬ ਲਗਾਤਾਰ 70 ਸਾਲ ਕੀਰਤਨ ਦੀ ਸੇਵਾ ਕੀਤੀ, ਉਹਨਾਂ ਹਰ ਰੋਜ਼ ਜਦੋਂ ਦੇਣੇ ਕੁਝ ਦਾਲ ਬਣਾ ਕੇ ਪ੍ਰਸ਼ਾਦ ਬਾਹਰ ਬਹਿੰਦੇ ਤੇ ਮੰਗਦੇ, ਗਰੀਬ ਲੋਕ ਆ ਕੇ ਪ੍ਰਸ਼ਾਦਾ ਉਹਨਾਂ ਕੋਲ ਛਕਦੇ ਤੇ ਉਹ ਕਦੇ ਜ਼ੁਬਾਨ ਤੋਂ ਉਹਨਾਂ ਨੂੰ ਮੰਗਦੇ ਨਹੀਂ ਸਨ ਕਹਿੰਦੇ, ਨਾ ਉਹਨਾਂ ਨੇ ਕਦੇ ਲੋੜਵੰਦ ਕਹਿਣਾ, ਨਾ ਮੰਗਦੇ ਕਹਿਣਾ, ਨਾ ਭਿਖਾਰੀ ਕਹਿਣਾ, ਉਹਨਾਂ ਨੂੰ ਕਹਿਣਾ ਗੋਬਿੰਦ ਲੋਕ ਰੱਬ ਦੇ ਜੀ, ਉਹਨਾਂ ਕਹਿਣਾ ਗੋਬਿੰਦ ਲੋਕ, ਉਹਨਾਂ ਨੂੰ ਮਾਣ ਦੇ ਕੇ, ਇਹ ਨਹੀਂ ਕਿ ਉਹ ਨੀਵਾਂ ਮਹਿਸੂਸ ਕਰਨ, ਉਹਨਾਂ ਨੂੰ ਵਡਿਆਈ ਤੇ ਆਪ ਨੀਵੇਂ ਹੋ ਜਾਣਾ। ਜੀ ਗੋਬਿੰਦ ਲੋਕਾਂ ਦੀ ਸਾਨੂੰ ਸੇਵਾ ਮਿਲੀ ਕਹਿ ਇਤਨਾ ਫਿਕਰ। ਸਾਧ ਸੰਗਤ ਜਿਹਨਾਂ ਨੂੰ ਸੋਝੀ ਹੋਵੇ, ਜਿਹਨਾਂ ਦਾ ਅੰਦਰ ਜਾਗ ਪੈ ਨਾ, ਉਹ ਕਦੇ ਨਹੀਂ ਚਾਹੁੰਦੇ ਭਈ ਜੋ ਕੁਛ ਵੀ ਭਲਾ ਹੋਵੇ ਤੇ ਉਹਦਾ ਕ੍ਰੈਡਿਟ ਉਹਦਾ ਨਾਮ ਨਾ ਮੈਨੂੰ ਮਿਲੇ ਵਡਿਆਈ। ਉਹਨਾਂ ਨੂੰ ਪਤਾ ਹੁੰਦਾ ਪਰਮੇਸ਼ਰ ਦੀ, ਤੇ ਜੇ ਕਿਸੇ ਨੇ ਆਪਣੇ ਵੱਲ ਜੋੜ ਲਿਆ ਉਹਦਾ ਫਲ ਚੰਗਾ ਨਹੀਂ ਮਿਲਦਾ। ਸਾਹਿਬ ਨੇ ਸੁਖਮਨੀ ਸਾਹਿਬ ਅੰਦਰ ਤਾਂ ਇੱਕ ਇੱਕ ਸ਼ਬਦ ਖੁਰੇ ਉਹਦੇ ਤੇ ਕਿਵੇਂ ਕਿਵੇਂ ਬਿਲਕੁਲ ਸਪਸ਼ਟ ਬਚਨ ਲਿਖ ਕੇ ਸਮਝਾਤਾ ਹੈ। ਇੱਕ ਨਾ ਫਕੀਰ ਸੀ ਤੇ ਉਹ ਕਾਫੀ ਜ਼ਿਆਦਾ ਦਿਨ ਰਾਤ ਉਹਨੇ ਬੰਦਗੀ ਕਰਕੇ ਜੁੜੇ ਰਹਿਣਾ। ਪੈਗੰਬਰ ਖੁਸ਼ ਹੋ ਗਿਆ, ਉਹਨੇ ਆ ਕੇ ਦਰਸ਼ਨ ਦਿੱਤੇ। ਉਹ ਆ ਕੇ ਕਹਿਣ ਲੱਗਾ ਐ ਫਕੀਰ ਤੇਰੀ ਬੰਦਗੀ ਪ੍ਰਵਾਨ, ਮੈਂ ਚਾਹੁੰਦਾ ਤੂੰ ਕੁਛ ਵਾਰ ਮੰਗ, ਅਸੀਂ ਤੈਨੂੰ ਕੁਛ ਦੇਈਏ। ਕਹਿਣ ਲੱਗੇ ਜੀ ਜੋ ਤੁਸਾਂ ਦਿੱਤਾ ਅੰਦਰ ਯਾਦ, ਉਹਦੇ ਤੋਂ ਪਰਾਂ ਕੁਛ ਹੈ ਹੀ ਨਹੀਂ, ਮੈਂ ਕੀ ਮੰਗਾਂ। ਕਹਿਣ ਲੱਗੇ ਉਹਨਾਂ ਨੇ 2-3 ਵਾਰੀ ਕਿਹਾ ਨਹੀਂ। ਕਹਿੰਦੇ ਅੱਛਾ ਜੇ ਤੂੰ ਨਹੀਂ ਮੰਗਦਾ ਤੇ ਅਸੀਂ ਤੈਨੂੰ ਵਰ ਦੇਂਦੇ ਹਾਂ, ਜਿਹਨੂੰ ਵੀ ਤੂੰ ਇੱਕ ਵਾਰੀ ਜ਼ੁਬਾਨ ਤੋਂ ਬਚਨ ਕਰੇਗਾ ਜੋ ਪੂਰਾ ਹੋਏਗਾ ਉਹਦੇ ਦੁੱਖੜੇ ਦੂਰ ਹੋ ਜਾਣਗੇ, ਕਿਸੇ ਦੀ ਕੋਈ ਮੰਗ ਹੋਏਗੀ ਉਹ ਪੂਰੀ ਹੋ ਜਾਏਗੀ, ਚਾਹੇ ਕੋਈ ਵੀ ਮੰਗ ਹੋਵੇ ਦੁਨੀਆਂ ਦੀ ਉਹ ਤੇਰੀ ਜ਼ੁਬਾਨ ਤੋਂ ਨਿਕਲੇ ਬਚਨ ਨਾਲ ਪੂਰੀ ਹੋਏਗੀ। ਕਹਿੰਦੇ ਪ੍ਰਵਾਨ ਫਕੀਰ ਰੋ ਪਿਆ।
ਕਹਿਣ ਲੱਗੇ ਪੈਗੰਬਰ ਜੀ ਮੈਨੂੰ ਪਰਵਾਹ ਨਹੀਂ ਹੈ। ਕਿਉਂ ਨਹੀਂ? ਤੋ ਤੇਰੇ ਤੇ ਸ਼ਬਦਾਂ ਨਾਲ ਕਿਸੇ ਦੇ ਦੁੱਖ ਦੂਰ ਹੋਣੇ ਕਰਨ, ਤੇਰੇ ਸ਼ਬਦ ਨਾਲ ਕਿਸੇ ਨੂੰ ਦੁੱਧ ਪੁੱਤ ਮਿਲੇਗਾ, ਕਿਸੇ ਨੂੰ ਰਿਜ਼ਕ ਮਿਲੇਗਾ, ਕਿਸੇ ਨੂੰ ਇੱਜ਼ਤ ਮਾਨ ਮਿਲੇਗਾ, ਕਿਸੇ ਦੀ ਆਤਮਾ ਠੜੇਗੀ, ਤੂੰ ਕਿਉਂ ਨਹੀਂ ਇਹ ਪ੍ਰਵਾਨ ਕਰ ਰਿਹਾ? ਕਹਿਣ ਲੱਗੇ ਦਾਤਾ, ਦਾਤ ਤੇਰੀ ਖੋਏਗੀ, ਲੋਕ ਮੈਨੂੰ ਵਡਿਆਈ ਦੇਣਗੇ, ਉਹ ਵਡਿਆਈ ਮੈਨੂੰ ਤੇਰੇ ਤੋਂ ਦੂਰ ਕਰੇਗੀ। ਮੈਂ ਉਹ ਕੰਮ ਨਹੀਂ ਕਰਨਾ ਚਾਹੁੰਦਾ ਜਿਹਦੇ ਨਾਲ ਮੇਰੀ ਤੇਰੇ ਨਾਲ ਦੂਰੀ ਬਣੇ। ਮੈਨੂੰ ਹੋਰ ਸਾਰਾ ਕੁਝ ਪ੍ਰਵਾਨ, ਪਰ ਤੇਰੀ ਹਜ਼ੂਰੀ ਤੋਂ ਪਰਾਂ ਨਹੀਂ ਹੋ ਸਕਦਾ ਮੈਂ। ਕਹਿਣ ਲੱਗੇ, ਅੱਛਾ ਜੇ ਤੂੰ ਨਹੀਂ ਬਚਨ ਕਰਨਾ ਸੀ, ਚਲੋ ਇਹ ਵਰ ਦਿੰਦੇ ਹਾਂ ਵੀ ਜਦੋਂ ਜਿਹੜੇ ਰਾਹ ਤੋਂ ਤੂੰ ਲੰਘ ਜਾ ਕਰੇਗਾ ਨਾ, ਉਸ ਰਾਹ 'ਤੇ ਜਿਹੜਾ ਤੇਰੇ ਦਰਸ਼ਨ ਕਰੇਗਾ, ਉਹਦੀਆਂ ਮੰਗਾਂ ਸਾਰੀਆਂ ਪੂਰੀਆਂ ਹੋ ਜਾਣਗੀਆਂ। ਜਿਹਦੀ ਵੀ ਕੋਈ ਭਾਵਨਾ ਬਣ ਗਈ ਤੈਨੂੰ ਵੇਖ ਕੇ, ਤੇਰੇ ਦਰਸ਼ਨ ਕਰਕੇ, ਪਰ ਤੂੰ ਕੁਝ ਨਹੀਂ ਕਰਨਾ। ਕਹਿਣ ਲੱਗੇ, ਉਹ ਤੁਹਾਡੀ ਰਜ਼ਾ, ਮੈਂ ਨਹੀਂ ਕੁਛ ਕਰਨਾ ਚਾਹੁੰਦਾ। ਉਹ ਚਲਾ ਗਿਆ। ਫਕੀਰ ਨੇ ਬਚਨ ਲੈ ਲਏ। ਉਹ ਆਪਣੀ ਮੌਜ ਵਿੱਚ ਜਿਵੇਂ ਪਹਿਲਾਂ ਰਮਤਾ ਸੀ, ਕਦੇ ਕਿੱਥੇ ਕਦੇ ਕਿੱਥੇ, ਹੁਣ ਕੁਛ ਨਹੀਂ ਇਹਨਾਂ ਗੱਲਾਂ ਬਾਰੇ ਚੇਤਾ ਵੀ ਪੈਗੰਬਰ ਨੇ ਕੁਝ ਕਿਹਾ, ਮੈਂ ਉਹ ਕੁਝ ਕਰਨਾ, ਲੋਕਾਂ ਨੂੰ ਰਾਜ਼ੀ ਕਰਨਾ, ਇੱਛਾ ਪੂਰੀਆਂ ਕਰਨੀਆਂ, ਬਿਲਕੁਲ ਨਹੀਂ ਆਇਆ। ਉਹ ਤੁਰਿਆ ਗਿਆ। 2 ਸਾਲਾਂ ਬਾਅਦ ਕਹਿੰਦੇ ਪੈਗੰਬਰ ਫਿਰ ਹਾਜ਼ਰ ਹੋ ਕੇ ਕਹਿਣ ਲੱਗਾ, ਫਕੀਰ ਸਾਈਆਂ, ਤੈਨੂੰ ਇੱਕ ਬਚਨ ਦਿੱਤਾ ਸੀ, ਪੁੱਛਣਾ ਚਾਹੁੰਦੇ ਕਿੰਨੇ ਕੁ ਲੋਕ ਤੇਰੇ ਤੋਂ ਦਾਤਾਂ ਲੈ ਕੇ ਗਏ ਨੇ? ਲੱਖਾਂ ਹੋ ਗਏ ਹੋਣਗੇ। ਫਕੀਰ ਨੇ ਇੱਕ ਬਹੁਤ ਵੱਡੀ ਗੱਲ ਤੇ ਸਿੱਖਿਆ ਦਾ, ਕਹਿਣ ਲੱਗੇ ਪੈਗੰਬਰ ਜੀਓ, ਜਿਹੜੇ ਦਿਨ ਦਾ ਤੁਸੀਂ ਬਚਨ ਕੀਤਾ ਏ ਵੀ ਜਿਸ ਰਾਹ ਤੋਂ ਲੰਘ ਜਾਓਗੇ, ਤੁਹਾਡੇ ਦਰਸ਼ਨਾਂ ਨਾਲ ਹੀ ਲੋਕਾਂ ਦੀਆਂ ਮੰਗਾਂ ਪੂਰੀਆਂ ਹੋਣ, ਮੁਰਾਦਾਂ ਦੋ ਕੱਟੇ ਜਾਣਗੇ, ਉਸ ਦਿਨ ਤਾਂ ਮੈਂ ਜਿੱਧਰ ਵੀ ਕਦਮ ਪੁੱਟਿਆ ਏ, ਮੈਂ ਪਿੱਛੇ ਪਰਤ ਕੇ ਨਹੀਂ ਕਦੇ ਵੇਖਿਆ, ਅੱਗੇ ਅੱਗੇ ਤੁਰਿਆ ਜਾ ਰਿਹਾ ਹਾਂ। ਜੇ ਮੈਂ ਪਿੱਛੇ ਪਰਤ ਕੇ ਵੇਂਦਾ ਤੇ ਮੈਨੂੰ ਹਿਸਾਬ ਕਿਤਾਬ ਲੈਣਾ ਪੈਣਾ ਸੀ, ਮੇਰੇ ਕਰਕੇ ਕੋਈ ਠੀਕ ਹੋ ਰਿਹਾ? ਬਚਨ ਤੇਰੇ, ਤੂੰ ਜਾਣ ਤੇ ਲੋਕ ਜਾਣ, ਮੈਂ ਤਾਂ ਅੱਗੇ ਤੈਨੂੰ ਰੱਖ ਕੇ ਤੇਰੇ ਚਰਨਾਂ ਵੱਲ ਕੇ ਤੁਰਿਆ ਜਾ ਰਿਹਾ। ਸਾਧ ਸੰਗਤ, ਜਦੋਂ ਕਿਧਰੇ ਸਾਡੀ ਜ਼ਿੰਦਗੀ 'ਚ ਇਹ ਗੱਲ ਅੰਦਰ ਵੱਸ ਜਾਵੇ, ਸਾਡਾ ਕਰਮ ਕਹਿ ਉਹਨੂੰ ਪਿਆਰ ਕਰਨਾ, ਉਹਦੀ ਯਾਦ ਅੰਦਰ ਸੰਭਾਲ ਕੇ ਰੱਖਣੀ, ਉਹਦਾ ਨਾਮ ਸੰਭਾਲ ਕੇ ਰੱਖਣਾ, ਉਹਦੇ 'ਤੇ ਮਾਣ ਕਰਨਾ ਵੀ ਉਹ ਨਾ ਟੁੱਟੇ, ਅਤੇ ਕਹਿਣਾ ਮੇਰੇ ਕੋਲ ਉਹ ਏ। ਭਗਤ ਜੀ ਕਹਿੰਦੇ ਨੇ ਨਾ, ਕਿਨ ਕੀ ਬਣ ਜਿਆ ਕਾਂਸੀ ਤਾਂਬਾ, ਕਿਨ ਹੀ ਲੋਂ ਸੁਪਾਰੀ, ਸੰਤੋ ਬਣ ਜਿਆ ਨਾਮ ਗੋਬਿੰਦ ਕਾ, ਐਸੀ ਖੇਪ ਕੁਮਾਰੀ। ਕਹਿੰਦੇ ਕਿਸੇ ਸੋਨਾ ਇਕੱਠਾ ਕੀਤਾ, ਕਿਸੇ ਚਾਂਦੀ, ਕਿਸੇ ਮਕਾਨ, ਪਰ ਅਸੀਂ ਤਾਂ ਤੇਰਾ ਨਾਮ ਧਨ ਇਕੱਠਾ ਕੀਤਾ, ਸਾਨੂੰ ਉਹਦੇ 'ਤੇ ਮਾਣ। ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ, ਕਮਾਲ ਦੀ ਖੇਡ, ਇਹ ਨਾਮ ਨੂੰ ਪਿਆਰ ਕਰੀਏ, ਮਾਣ ਕਰੀਏ, ਵੀ ਐਕੋ ਜੀ ਦਾਤ ਜਿਹਦੇ ਕੋਲ ਹੋਵੇ ਉਹਨੂੰ ਕੀ ਕੁਛ ਦਿਵਾ ਦਿੱਤਾ ਏ। ਸੁਖਮਨੀ ਸਾਹਿਬ ਦਾ ਇੱਕ ਬਚਨ ਸਾਹਮਣੇ ਲਿਆਓ। ਸਾਹਿਬ ਕਹਿੰਦੇ, ਗਣੀ ਚੱਲੋ ਖੇਮ ਸ਼ਾਂਤ ਰਿਧ ਨਵ ਨਿਧ, ਰਿਧੀਆਂ ਸਿਧੀਆਂ ਬੁੱਧ ਗਿਆਨ, ਸਰਬ ਤੈ ਸਿੱਧ ਵਿਦਿਆ ਤਪ ਜੋਗ ਪ੍ਰਤਿਆਨ, ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ, 4 ਪਦਾਰਥ ਕਮਲ ਪ੍ਰਦਾਸ, ਸਭ ਕੈ ਮਦ ਸਗਲ ਤੇ ਉਦਾਸ, ਸੁੰਦਰ ਚਤੁਰ ਤਤ ਕਾ ਬੇਤਾ, ਸਮਦਰਸੀ ਏਕ ਦ੍ਰਿਸ਼ਟੇਤਾ, ਇਹ ਫਲ ਤਿਸ ਜਨ ਕੈ ਮੁਖ ਪਣੇ, ਗੁਰੂ ਨਾਨਕ ਨਾਮ ਬਚਨ ਮਨ ਸੁਣੇ। ਇਹੋ ਜਿਹਾ ਗੁਰੂ ਨਾਨਕ ਸਾਹਿਬ ਦਾ ਨਾਮ ਏ ਜਿਹੜਾ ਉਹਨੂੰ ਮਨ ਕਰਕੇ ਸੁਣ ਲਵੇ, ਇੰਨੀਆਂ ਦਾਤਾਂ ਉਹਦੀ ਝੋਲੀ ਵਿੱਚ ਪਵਾ ਦਿੰਦਾ ਏ। ਸਤਿਗੁਰੂ ਕਹਿੰਦੇ, ਚੀਤ ਤੇ ਮਾਣ ਕਰੀਏ ਤੇ ਆਖੋ ਜੇ, ਵਾਹਿਗੁਰੂ 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 ਵਾਹਿਗੁਰੂ।
नानक पातशाही पातशाह नानक पातशाही पातशाह ना हुण देखो ना प्यारो धन गुरु नानक साहब का केड़ा बचन कोई शक छोड़ है साहब कहिंदे तुसी वाहिगुरु वाहिगुरु करके दी सेवत करिया करो दुनिया पातशाह बनन लई कदे सुपने लैंदी बन नहीं सकदे तुसी कखां दी कुल्ली विच भी पातशाह नहीं पातशाह दे पातशाह बन सकदे हो पातशाह दे पातशाह कोल की हुंदा है साध संगत इक बादशाह हुंदा है पातशाह बादशाह कोल केवल दुनिया दा धन हुंदा है पातशाह कोल दो जखाना दा धन हुंदा है फिर उस बादशाह कोल धन नूं जिहड़ा है उहनूं खतरा कोई खोह न जावे जिहनूं वाहिगुरु इह धन देवे उहदे कोल कोई खोह भी नहीं सकदा उहनूं कोई साड़ भी नहीं सकदा साध संगत पर इह वी कमाल दी खेड ते महाराज दी जरा समझणा जदों बंदा इस राह दा जाणू नहीं हुंदा ते ओह चारा ना तुहानूं बाहरों वेखदा है कि बंदा उंज ते दिन रात काफी बाणी पढ़दा नाम जपदा विचारे कोल जाण पाउण लई कोई गड्डी भी नहीं इहदे कोल घर भी नहीं किराए ते रह रुक के गुजारा करदा है बहुते साधन भी नहीं की लाभ पाठ करन दा असीं बाहरों पैसे नाल तुलना करांगे घरां नाल चीजां नाल नहीं साध संगत जिन्हां कोल अंदरला धन होएगा ना उस धन की सिफत यह वे जिन्ना चिर वह नहीं मिलता उन्ना चिर यह दुनिया की हर चीज बड़ी वड्डी जाप दे वाहिगुरु मैनूं मिल जाए बस फिर ते कमाल ही है किसी की कार की को राज पाग जो भी पर जदों सचमुच किसी नूं दात मिलती उस दिन ही जापदा है इन्हां दी कोई कीमत ही नहीं सगो कहिंदा वाहिगुरु यह ना देवी जिथे मेनू तू आम रखे इच ही रखे ओनू चंगे लगदा एक ना साखी तुसी सुनी होएगी साहिब गुरु अमरदास पिता महाराज जदों पहला तीर्थ यात्रा ते जाया करदे सी उदो रस्ते च एक एहो जिहा ज्योतिषी मिलिया दुर्गादास उस नूं ना ये पैरा हत्थां दीआं रेखा वेखणियां हुंदियां सी उन्हां नूं वेख के दस दिंदा सी आउण वाला समां कहो तिहा है सतगुरां दे पदम देख के कहण लगा तुसीं कोई चक्रवर्ती राजे बणोगे उन्हां दी निशानी है सतगुरु कहण लगे असीं की करना राजे जां चक्रवर्ती राजे बण असीं उहनूं मिलणा चाहुंदे हां पर कदों मिलेगा गुरु अंगद साहिब मिले गुरु अमरदास पिता जोत आ गए उहनूं पता लगा दर्शन करन आया साहिब कहिंदे मंग की मंगदा है तो कदे प्यार नाल जो तैनूं रब ने दिखाया
ਉਹ ਤੂੰ ਵੇਖਿਆ ਸੀ ਪਰ ਇੱਕ ਰਾਜ ਉਹਦੋਂ ਵੱਡਾ ਸੀ। ਉਹਨੂੰ ਕਹਿੰਦੇ ਮੰਗ, ਜੋ ਮੰਗੇਗਾ ਉਹ ਕੁਝ ਮਿਲੇਗਾ। ਬੜਾ ਖੁਸ਼ ਉਹ ਸਾਹਮਣੇ ਖਲੋ ਕੇ ਨਾ ਚੁੱਪ ਹੋ ਗਿਆ। ਸਤਿਗੁਰੂ ਕਹਿੰਦੇ ਮੰਗੋ, ਸੰਗੋ ਨਾਮ। ਕਹਿਣ ਲੱਗੇ ਸੰਗਦਾ ਨਹੀਂ ਜੀ, ਰੱਬ ਕੋਲੋਂ ਸਤਿਗੁਰੂ ਕੋਲੋਂ ਮੰਗਣ ਦੀ ਕਾਹਦੀ ਸ਼ਰਮ, ਪਰ ਮੈਂ ਮੇਰੇ ਅੰਦਰ ਇੱਕ ਮੁਸ਼ਕਲ ਖੜੀ ਹੋ ਗਈ। ਮੈਂ ਸੋਚ ਰਿਹਾ ਵਾਂ ਵੀ ਮੈਂ ਇਸ ਦੁਨੀਆਂ ਦਾ ਧਨ ਮੰਗਾ, ਜੇ ਨਾਮ ਦਾ ਧਨ ਨਾ ਮਿਲਿਆ ਤੇ ਮੇਰਾ ਪਰਲੋਕ ਗਿਆ, ਤੇ ਜੇ ਮੈਂ ਨਾਮ ਧਨ ਮੰਗ ਕੇ ਅੱਗਾ ਸਵਾਰਨਾ ਤੇ ਪੈਸੇ ਤੋਂ ਬਿਨਾਂ ਇੱਥੇ ਕੱਖ ਨਹੀਂ, ਕੋਈ ਜ਼ਿੰਦਗੀ ਸਹੂਲਤਾਂ ਨਾ ਹੋਣ ਤੇ ਔਖੀ ਕੱਟੀ ਜਾਂਦੀ। ਮੈਂ ਕੀ ਮੰਗਾ, ਦੁਨੀਆਂ ਦਾ ਧਨ ਕਿ ਪਰਲੋਕ ਦਾ, ਸਰੀਰ ਦੇ ਕੰਮ ਆਉਣ ਵਾਲਾ ਕਿ ਆਤਮਾ ਦਾ। ਜਦੋਂ ਕਹਿਣ ਲੱਗੇ ਦੋਨੋਂ ਮੈਨੂੰ ਚਾਹੀਦੇ ਨੇ, ਜੇ ਇਹ ਨਾ ਹੋਵੇ ਤੇ ਤਾਂ ਵੀ, ਪਰ ਤੁਸੀਂ ਕਿਹਾ ਕਿ ਚੀਜ਼ ਮੰਗ ਲਓ। ਕੀ ਮੰਗਾ, ਸਤਿਗੁਰੂ ਨੇ ਇੱਕ ਬਚਨ ਕਹਿ ਨੂੰ ਜਰਾ ਸਮਝਿਆ ਜੇ, ਜਿੱਥੋਂ ਕਹਾਣੀ ਇਹ ਸਮਝ ਆਉਂਦੀ ਪਾਤਸ਼ਾਹ ਦੇ ਪਾਤਸ਼ਾਹ ਕਿਵੇਂ ਬਣਦੇ ਨੇ। ਸਤਿਗੁਰੂ ਜੀ ਨੇ ਆਖਿਆ, ਜਾਓ ਇਹ ਗੁਰੂ ਨਾਨਕ ਸਾਹਿਬ ਜੀ ਦਾ ਘਰ ਹੈ, ਇੱਥੇ ਕੇਵਲ ਇੱਕੋ ਚੀਜ਼ ਨੇ, ਦੋਨੋਂ ਹੀ ਜਖਾਨ ਦੀ ਦੌਲਤ ਇੱਕੋ ਵਕਤ ਮਿਲੇਗੀ। ਵਚਨ ਹੋ ਗਿਆ, ਜਦੋਂ ਦ੍ਰਿਸ਼ਟੀ ਪਈ ਤੇ ਅੰਦਰ ਸੁਰਤ ਗਏ, ਅੰਦਰਲੇ ਧਨ ਦੇ ਦੀਦਾਰ ਕੀਤੇ। ਉਸ ਦਿਨ ਤੋਂ ਬਾਅਦ ਦੁਨੀਆਂ ਦੇ ਨਾ ਧਨ ਦੀ ਇੱਛਾ ਰਹਿ ਗਈ, ਨਾ ਦੁਨੀਆਂ ਦੇ ਕਿਸੇ ਚੀਜ਼ ਦੇ। ਕਹਿਣ ਲੱਗੇ ਸਤਿਗੁਰੂ ਹੁਣ ਮੈਂ ਕੁਛ ਵੀ ਨਹੀਂ ਚਾਹੁੰਦਾ, ਆ ਜੋ ਅੰਦਰੋਂ ਦਿਖਾਇਆ ਜੇ ਇਹ ਨਾ ਮੇਰੇ ਤੋਂ ਪਰਾਂ ਹੋ ਜਾਵੇ। ਸਤਿਗੁਰੂ ਨੇ ਜੋ ਮੰਜੀ ਬਖਸ਼ੀ ਸੀ, ਮੰਜੀ ਉਹਨੂੰ ਮਿਲਦੀ ਸੀ ਜਿਹਨੇ ਅੰਦਰ ਜਿਹਦੇ ਪਰਮਾਤਮਾ ਪ੍ਰਗਟ ਸਤਿਗੁਰੂ ਕਰ ਦਿੰਦੇ ਸਨ, ਜਿਹਦੀ ਜ਼ੁਬਾਨ ਤੇ ਪਰਮਾਤਮਾ ਆਪ ਵਸਦਾ ਸੀ। ਪ੍ਰਭ ਜੀ ਵਸੈ ਸਾਧ ਕੀ ਰਸਨਾ, ਜਿਹਨੂੰ ਅਸੀਂ ਆਖਦੇ ਹਾਂ ਪਿਆਰ ਨਾਲ ਮਹਾਤਮਾ ਪੂਰਨ ਬ੍ਰਹਮ ਗਿਆਨੀ ਬਣਾਉਣਾ, ਉਹ ਬਣਾ ਦਿੱਤਾ। ਇਹ ਜਿਹੜੀ ਦਾਤ ਇਹਨਾਂ ਅੰਦਰਲੀ ਜਦੋਂ ਕਿਸੇ ਨੂੰ ਮਿਲੇ, ਉਹ ਜੋ ਜ਼ੁਬਾਨ ਤੋਂ ਬਚਨ ਕਰੇ ਉਹ ਪੂਰਾ ਹੋਵੇਗਾ, ਪਰ ਉਹ ਕਦੇ ਮਾਣ ਨਹੀਂ ਕਰਨਗੇ, ਕਿਉਂਕਿ ਮਾਣ ਕਰਨ ਵਾਲੀ ਹੋਣ ਵਾਲੀ ਚੀਜ਼ ਉਹ ਪਹਿਲਾਂ ਮਰ ਚੁੱਕੀ ਹੁੰਦੀ, ਤਾਂ ਸਤਿਗੁਰੂ ਜੀ ਦੀ ਇਹ ਦਾਤ ਮਿਲਦੀ। ਦੋ ਚੀਜ਼ਾਂ ਇਕੱਠੀਆਂ ਨਹੀਂ ਨਾ ਹੁੰਦੀਆਂ। ਸਹਿਬ ਕਹਿੰਦੇ ਖੋਮੇ ਨਾਵੇਂ ਲਾਲ ਵਿਰੋਧ ਕੈ ਦੋਏ ਨਾ ਵਸੈ ਕਠਾਏ। ਇਹ ਦੋ ਇਕੱਠੀਆਂ ਨਹੀਂ ਰਹਿੰਦੀਆਂ। ਤੋ ਧੰਨ ਗੁਰੂ ਨਾਨਕ ਸਾਹਿਬ ਪਿਤਾ ਜੀ ਅੱਜ ਮਿਹਰ ਕਰਕੇ ਸੁਚੇਤ ਕਰ ਰਹੇ, ਭਾਈ ਦੇਹੋ ਕੀਤਾ ਤਾਂ ਕਰੇ ਮਨਮਾਨ, ਦੇਵਨ ਕਾ ਹਾਰੇ ਕੈ ਖਤ ਦਾਨ। ਉਹਦੇ ਕੀਤੇ ਤੇ ਮਾਣ ਨਾ ਕਰੋ, ਦੇਵਨ ਵਾਲੇ ਦੇ ਹੱਥ ਵਿੱਚ ਭਾਵੇਂ ਦੇ ਨਾ ਦੇਈ ਸੋਏ, ਕੀਤੇ ਕਹਿ ਕਹਿਆ ਕਿਆ ਹੋਏ, ਤੁਹਾਡੇ ਹੱਥ ਵਿੱਚ ਕੁਝ ਨਹੀਂ। ਉਹਦੀ ਮਰਜ਼ੀ ਕਿਸੇ ਨੂੰ ਦੇਵੇ ਨਾ ਦੇਵੇ, ਸਤਿਗੁਰੂ ਦਾ ਬਚਨ ਭਾਈ ਆਪੇ ਸੱਚ ਭਾਵੈ ਤੇ ਸੱਚ ਅੰਧਾ ਕੱਚਾ ਕੱਚਨ ਕੱਚ ਰਖਾਓ, ਉਹ ਸਦਾ ਕੈਮਰੇ ਵਾਲਾ ਵਾਹਿਗੁਰੂ ਏ। ਉਹਨੂੰ ਪਿਆਰ ਕਰੋ, ਉਹਨੂੰ ਪਿਆਰ ਕਰਨ ਤੁਹਾਡਾ ਭਲਾ ਹੈ, ਬਾਕੀ ਤੇ ਸਭ ਕੁਝ ਕੱਚਾ ਬਿਨਸਨ ਖਾਰ ਏ। ਜਾ ਕੇ ਰੁੱਖ ਬਿਰਖ ਆਰਾਓ, ਜੇ ਕੀ ਧਾਤ ਤਿਖਾ ਤਿਨ ਨਾਓ। ਬਾਗ ਇਹਨਾਂ ਮਾਲੀ ਉਹਨਾਂ ਬੂਟਿਆਂ ਦੀ ਪਾਲਣਾ ਕਰਦਾ, ਸਜਾਉਂਦਾ ਉਹਨਾਂ ਨੂੰ, ਫੁੱਲ ਭਾਉ ਪਾ ਲਿਖਿਆ ਪਾਏ ਆ ਬੀਜਾ ਪੇ ਖਾਏ। ਉਹਦੀ ਸੰਭਾਲ ਮਾਲੀ ਜਿਵੇਂ ਕਰ ਸਕਦਾ, ਪਰ ਉਹਨਾਂ ਬੂਟਿਆਂ ਨੂੰ ਫੁੱਲ ਕੀ ਲੱਗਣੇ, ਫਲ ਕਿਉਂ ਜੇ ਲੱਗਣੇ, ਉਹ ਪਰਮੇਸ਼ਰ ਲਾਉਂਦਾ ਹੈ। ਆਪਾਂ ਨੂੰ ਜੋ ਕੁਝ ਉਹ ਦਿੰਦਾ ਸੀ ਉਹਦੀ ਸੰਭਾਲ ਕਰਨੀ ਖੁੰਦੀ, ਬਾਗ ਪਰਿਵਾਰ ਸ਼ਰੀਕਾਂ ਦੇ, ਪਰ ਉਸ ਦੇ ਅੰਦਰ ਜਿਹੜੀ ਤਾਕਤ ਵਰਤਰੀ ਉਹ ਪਰਮੇਸ਼ਰ ਦੇ ਹੱਥ ਵਿੱਚ ਹੈ, ਉਹ ਸਾਡੇ ਹੱਥ ਵਿੱਚ ਨੇ। ਕੋਈ ਨਹੀਂ ਚਾਹੁੰਦਾ ਮੇਰੇ ਬੱਚੇ ਦੁਖੀ ਕੌਣ ਜਾਂ ਮੈਂ ਹੋਵਾਂ, ਉਹ ਤੇ ਅੰਦਰੋਂ ਕਰਮਾਂ ਦੇ ਹਿਸਾਬ ਨਾਲ ਪਿੱਛੇ ਕੋਈ ਹੋਰ ਚਲਾ ਦੇ। ਸਾਡੇ ਹੱਥ ਵਿੱਚ ਹੋਵੇ, ਆਈ ਮਾਇਆ ਅਸੀਂ ਕਦੇ ਜਾਣ ਨਾ ਦੇਈਏ, ਬਿਮਾਰੀ ਨੂੰ ਨੇੜੇ ਨਾ ਆਉਣ ਦੇਈਏ, ਸਰੀਰ ਨੂੰ ਕਦੇ ਸੱਟ ਨਾ ਲੱਗਣ ਦੇਈਏ। ਨਹੀਂ, ਸਾਹਿਬ ਕਹਿੰਦੇ ਉਹ ਪਿੱਛੇ ਕੋਈ ਹੋਰ ਤਾਕਤ ਤੇ ਵਾਹਿਗੁਰੂ ਆਪ ਹੀ, ਉਹ ਕਹਿੰਦੇ ਤੁਸੀਂ ਜੋ ਕਰਮ ਬੀਜੋਗੇ ਉਹ ਤੁਹਾਨੂੰ ਫਲ ਅਸੀਂ ਆਪ ਚਖਾਉਣਾ ਹੈ, ਜਿੱਥੇ ਤੁਸੀਂ ਰਹੋਗੇ। ਬੱਚੇ ਨੇ ਫਿਰ ਸਤਿਗੁਰਾਂ ਦਾ, ਸਾਹਿਬ ਕਹਿੰਦੇ ਕੱਚੀ ਕੰਧ ਕੱਚਾ ਵਿੱਚ ਰਾਜ ਮਤ ਅਲੂਣੀ,
ਫਿੱਕਾ ਸਾਧ ਨਾਨਕ ਆਣੇ ਆਵੇ ਰਾਸ ਬਿਨ ਆਵੇ ਨਾਹੀ ਸ਼ਾਬਾਸ਼ ਕੱਚੀ ਕੰਨ ਤੋਂ ਮਤਲਬ ਏ ਆ ਸਰੀਰ ਬਿਨ ਸੰਖਾਰ ਏ। ਇਹਦੇ ਵਿੱਚ ਜਿਹੜਾ ਰਾਜ ਦਾ ਅਰਥ ਹੁੰਦਾ ਕਾਰੀਗਰ ਮਿਸਤਰੀ, ਜਿਹੜਾ ਮਨ ਅੰਦਰੋਂ ਸਲਾਹਾਂ ਦਿੰਦਾ ਹੈ ਨਾ ਇਹ ਜ਼ਿੰਦਗੀ ਜਿਉਣ ਦੀ ਸਰੀਰ ਨੂੰ, ਉਹ ਆਪ ਹੀ ਅਣਜਾਣ ਤੇ ਕੱਚਾ ਏ, ਉਹ ਮਤ ਉਹ ਦਿੰਦਾ ਏ ਅਲੋਣੀ ਮਾੜੀ ਮਤ, ਤੇ ਉਹਦੇ ਚ ਸਵਾਦ ਫਿੱਕਾ ਜ਼ਿੰਦਗੀ ਤਾਂ ਨਿਕਲਣਾ, ਜ਼ਿੰਦਗੀ ਫਿੱਕੀ ਬਣੇਗੀ ਜੇ ਮਨ ਤੇ ਮਗਰ ਲੱਗਾਂਗੇ। ਪਰ ਆਖੀਰ ਚ ਬਚਨ ਕੀਤਾ ਜੇਕਰ ਨਾਨਕ ਆਣੇ ਆਵੇ ਰਾਸ, ਜੇ ਗੁਰੂ ਨਾਨਕ ਸਾਹਿਬ ਨੂੰ ਪਿਆਰ ਕਰੀਏ ਤੇ ਉਹ ਟੁੱਟ ਕੇ ਸਾਡੀ ਜ਼ਿੰਦਗੀ ਚ ਨਾਮ ਦੀ ਪੂੰਜੀ ਲੈ ਆਉਣ, ਫਿਰ ਇਹ ਜ਼ਿੰਦਗੀ ਸਫਲ। ਜੇ ਉਹ ਨਹੀਂ ਆਇਆ ਬਿਨ ਨਾਵੇ ਨਾਖੀ ਸ਼ਾਬਾਸ਼, ਨਾਮ ਤੋਂ ਬਗੈਰ ਸ਼ਾਬਾਸ਼ ਵਾਹਿਗੁਰੂ ਵਰਗੋਂ ਨਹੀਂ ਮਿਲਣੀ, ਨਾਮ ਤੋਂ ਬਗੈਰ ਇਹ ਜ਼ਿੰਦਗੀ ਦੇ ਸੁੱਖ ਆਰਾਮ ਨਹੀਂ ਮਿਲਦੇ। ਉਹ ਨਾਮ ਨਹੀਂ ਬਖਸ਼ਣੇ ਕਰਨ ਤੇ ਉਹ ਸਾਡੇ ਕੋਲ ਆਵੇ, ਉਹਦੀਆਂ ਸਿਫਤਾਂ ਸਾਡੇ ਅੰਦਰ ਪਾਉਣ, ਤਦੇ ਸਾਡਾ ਲੋਕ ਪਰਲੋਕ ਸੁਖੇਲਾ ਹੋਏਗਾ। ਮਹਾਰਾਜ ਜੀ ਤੋਂ ਸਦਕੇ ਜਾਈਏ, ਹਰ ਰੋਜ਼ ਵੇਖ ਲਓ ਲੜੀਵਾਰ ਨਵੇਂ ਢੰਗ ਨਾਲ ਸਾਡੇ ਤੇ ਬਖਸ਼ਿਸ਼ ਕਰਦੇ। ਕੱਲ ਕਿਹਾ ਸਾਨੇ ਸਾਡੇ ਅੰਦਰ ਵਾਹਿਗੁਰੂ ਦਰਿਆ ਬਣ ਕੇ ਵਗ ਰਿਹਾ, ਤੁਸੀਂ ਉਹਦੇ ਸੁਰਤੀ ਦਾ ਇਸ਼ਨਾਨ ਕਰਾਓ, ਤੁਸੀਂ ਦਰਿਆ ਬਣ ਜਾਓਗੇ ਤੇ ਉਹ ਦਰਿਆ ਸੱਚਮੁੱਚ ਅੰਦਰ ਬੈਠੇ ਵਾਹਿਗੁਰੂ ਵਿੱਚ ਤੁਹਾਨੂੰ ਇੱਕ ਮਿੰਟ ਕਰੇਗਾ। ਰੋਜ਼ ਦੇ ਨਵੇਂ ਬਚਨ, ਕੱਲ ਨੂੰ ਕਰਨਗੇ ਬਚਨ ਅਗਲੇ। ਜਿਹੜੀ ਮਾਇਆ ਹਰ ਕਿਸੇ ਨੂੰ ਠੱਗ ਲੈਂਦੀ ਛੱਲ ਲੈਂਦੀ, ਆਪੋ ਉਹਦੇ ਤੋਂ ਕਿਵੇਂ ਬਚ ਸਕਦੇ? ਤਾਂ ਜਿਹੜੇ ਉਹਦੇ ਰਾਹ ਤੇ ਤੁਰੇ ਉਹ ਢੰਗ ਤਰੀਕੇ ਦੱਸਣਗੇ, ਕੱਲ ਵੇਖਾਂਗੇ। ਅੱਜ ਸਤਿਗੁਰੂ ਕਹਿੰਦੇ ਨਾਮ ਤੇ ਮਾਣ ਕਰੀਏ, ਨਾਮ ਹੀ ਜ਼ਿੰਦਗੀ ਦਾ ਆਸਰਾ ਬਣੇ, ਸੰਗਤ ਤੇ ਉਹਦੇ ਬਖਸ਼ਾਂ ਤੇ ਉਹਦੇ ਚਿੰਨ੍ਹਾਂ ਤੇ ਉਹਦੇ ਵਿੱਚ ਸਾਡੀ ਜ਼ਿੰਦਗੀ ਦੇ ਸੁੱਖ ਦੇ ਰਾਜ ਲੁਕੇ। ਆਖੋ ਜੀ ਸਮਾਪਤੀ ਕਰੀਏ ਫਿਰ। ਵਾਹਿਗੁਰੂ ਵਾਹਿਗੁਰੂ ਵਾਹਿ